ਫੀਮ ਦੀ ਖੇਤੀ ਜੇਕਰ ਪੰਜਾਬ ਦੇ ਵਿੱਚ ਹੋਣ ਲੱਗੀ ਤਾਂ ਇਹ ਤਾਂ ਨਹੀਂ ਹੋਊਗਾ ਕਿ ਪੰਜਾਬ ਦੇ ਨੌਜਵਾਨ ਮੰਜੇ ਦੇ ਨਾਲ ਲੱਗ ਕੇ ਰਹਿ ਜਾਣਗੇ ਤੁਸੀਂ ਕਦੇ ਸੁਖਵੀਰ ਬਾਦਲ ਨੂੰ ਦੇਖਿਆ ਵਾ ਵੀ ਰੈਲੀਆਂ ਦੇ ਵਿੱਚ ਕਦੇ ਉਹਨੇ ਬੜਕ ਮਾਰਤੀ ਹੋਵੇ ਰੈਲੀਆਂ ਦੇ ਵਿੱਚ ਦੇਖਿਆ ਵਾ ਕਿ ਨੇ ਕਿਸੇ ਉਹਨੇ ਆਪਣੀ ਲੇਡੀ ਵਰਕਰ ਨੂੰ ਜਾ ਕੇ ਜੱਫੀ ਪਾਲੀ ਹੋਵੇ ਕਦੇ ਉਹਨਾਂ ਨੂੰ ਦੇਖਿਆ ਵਾ ਵੀ ਉਹਦੇ ਜਿਹੜੇ ਪੁਲਿਸ ਮੁਲਾਜ਼ਮ ਦੇ ਨਾਲ ਦੇ ਗਨਮੈਨ ਹੁੰਦੇ ਨੇ ਉਹ ਵੀ ਫੀਮ ਤੇ ਭੁੱਖੀ ਖਾਂਦੇ ਰਹਿੰਦੇ ਨੇ ਉਹਨਾਂ ਨੇ AK47 ਦੇ ਫੇਰ ਕਰਤੇ ਹੋਣ ਕਿ ਪੰਜਾਬ ਦੀ ਨਮਰਦੀ ਜਿਹੜੀ ਪੰਜਾਬ ਨਮਰਦ ਹੋ ਰਿਹਾ ਉਹ ਫੀਮ ਦੀ ਖੇਤੀ ਆਉਣ ਦੇ ਨਾਲ ਖਸ ਖਸ ਦੀ ਖੇਤੀ ਹੋਣ ਦੇ ਨਾਲ ਪੰਜਾਬ ਦੇ ਜਿਹੜੇ ਬੱਚੇ ਨੇ ਪੰਜਾਬ ਦੀ ਜਵਾਨੀ ਹੈ ਜਿਹੜੀ ਉਹ ਸੰਭਲ ਜੂ ਚਾਹੇ ਤੁਸੀਂ ਡੋਟਿਆਂ ਦਾ ਪਹਿਲਾ ਕਾਰਡ ਲਾ ਲਓ ਫਿਰ ਵੀ ਬੰਦਾ ਭੈਣ ਜੀ ਭੈਣ ਜੀ ਕਰਦਾ ਤੁਸੀਂ ਡੋਟਿਆਂ ਦਾ ਦੂਜਾ ਕਾਰਡ ਲਾ ਲਓ ਫਿਰ ਵੀ ਬੰਦਾ ਪੁੱਪੜ ਜੀ ਪੁੱਪੜ ਜੀ ਕਰਦਾ ਤੀਸਰਾ ਕਾਰਡ ਲਾ ਲਓ ਫਿਰ ਵੀ ਬੰਦਾ ਕਾਲਪੁਰਖ ਦੀ ਰਾਜਾ ਦੇ ਵਿੱਚ ਰਹਿੰਦਾ ਜੇ ਚੌਥਾ ਕਾਰਡ ਲਾ ਲਓ ਤਾਂ ਕਈ ਗਰੀ ਤਾਂ ਬੰਦਾ ਆਪਣੀ ਘਰ ਵਾਲੀ ਨੂੰ ਵੀ ਭੈਣ ਜੀ ਕਹਿਣ ਲੱਗ ਜਾਂਦਾ ਕੀ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਕੰਮ ਜ਼ਿਆਦਾ ਹੋਣ ਲੱਗ ਜੂਗਾ ਜਦੋਂ ਜਿਹੜੇ ਦੇਸੀ ਨਸ਼ੇ ਨੇ ਜਿਵੇਂ ਤੁਸੀਂ ਫੀਮ ਜਾਂ ਭੁੱਕੀ ਦੀ ਗੱਲ ਕਰਦੇ ਹੋ ਕਿ ਪੰਜਾਬ ਦੇ ਨੌਜਵਾਨ ਮਿਹਨਤ ਕਾਸ਼ ਹੋ ਜਾਣ 70% ਐਕਸਿਡੈਂਟ ਸ਼ਰਾਬ ਨਾਲ ਹੁੰਦੇ ਨੇ ਇਹ ਤੇ ਨਾ ਤਾਂ ਚਾਹੇ ਫੀਮ ਭੁੱਕੀ ਅਤੇ ਖੁੱਲੀ ਹੋ ਵੀ ਗਈ ਤਾਂ ਇਹਦਾ ਕੋਈ ਨੁਕਸਾਨ ਨਹੀਂ ਆਏਗਾ ਸਦੀਕ ਫੀਮ ਜਾਦੇ ਖਾ ਲੈਂਦਾ ਵਾ ਪੱਤੋ-ਪੱਤ ਸੰਸਦ ਦੇ ਵਿੱਚ ਜਾ ਕੇ ਸੌਂ ਹੀ ਜਾਂਦਾ ਵਾ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਜਿਹੜੇ ਸਾਡੇ ਲੀਡਰ ਨੇ ਉਹ ਕੇਂਦਰ ਦੇ ਹੱਥ ਟੋਕੇ ਨੇ ਵੀ ਜਿੰਨਾ ਮਰਜ਼ੀ ਪੰਜਾਬ ਨੂੰ ਲੁੱਟ ਲੋ ਜਿੰਨਾ ਮਰਜ਼ੀ ਪੰਜਾਬ ਨੂੰ ਕੁੱਟ ਲੋ ਪਰ ਤੁਸੀਂ ਪੰਜਾਬੀਅਤ ਤੇ ਪੰਜਾਬੀਅਤ ਦੀ ਗੱਲ ਨਹੀਂ ਕਰਨੀ ਪੈਸਾ ਬਣਾਓ ਤੇ ਆਪਣੇ ਬੱਚਿਆਂ ਨੂੰ ਬਾਹਰ ਭੇਜੋ ਐਜ ਕਰੋ ਤੁਸੀਂ ਪੰਜਾਬੀਆਂ ਤੋਂ ਕੀ ਲੈਣਾ ਹੈ ਇਹ ਕਹਣਾ ਜਦ ਸਾਰੇ ਐਲਾਨ ਕਰਤਾ ਚਰਨਜੀਤ ਚੰਨੀ ਨੇ ਵੀ ਇਹਨਾਂ ਦੇ ਸਾਰਿਆਂ ਦੇ ਡਾਕਟਰ ਦੀ ਪਰਚੀ ਨਾਲ ਡੋਟਿਆਂ ਦੇ ਸਰਕਾਰੀ ਕਾਰਡ ਵੰਨ ਗਏ ਤਾਂ ਦੇਖਿਓ ਸੋ ਪਿੰਡਾਂ ਦੇ ਵਿੱਚ ਕਿਵੇਂ ਡੀ.ਜੇ ਲੱਗਦੇ ਨੇ ਕਿਵੇਂ ਲੋਕ ਅਖੰਡ ਪਾਠ ਤੇ ਪਾਠ ਰਖਾ ਕੇ ਚਰਨਜੀਤ ਚੰਨੀ ਦਾ ਸ਼ੁਕਰਾਨਾ ਅਦਾ ਕਰਦੇ ਨੇ ਤੇ ਸਾਰੇ ਪਾਸੇ ਚੰਨੀ ਚੰਨੀ ਹੋਊਗੀ ਤੇ ਜਿਹੜੇ ਲੋਕ ਕਹਿੰਦੇ ਸੀਗੇ ਵੀ ਆਹ ਬੰਦੇ ਛੋਟੀ ਜਆਦ ਵਾਲੇ ਚੰਨੀ ਨੂੰ ਮੁੱਖ ਮੰਤਰੀ ਬਣਾਤਾ ਉਹ ਕਾਲਪੁਰਖ ਪਰਮਾਤਮਾ ਕੋਲ ਗੁਰਦੁਆਰਿਆਂ ਚ ਜਾ ਕੇ ਬੇਨਤੀਆਂ ਕਰਨਗੇ ਵੀ ਪਰਮਾਤਮਾ 2022 ਦੇ ਵਿੱਚ ਵੀ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾ ਕਿ ਜਿਵੇਂ ਮੈਂ ਪਹਿਲਾਂ ਕਹ ਲੱਖੀ ਕਿ ਪੰਜਾਬ ਦੇ ਵਿੱਚ ਚੋਣਾਂ ਦੇ ਦੌਰਾਨ ਬਹੁਤ ਵੱਡੇ ਵੱਡੇ ਪਿਛਲੀਆਂ ਚੋਣਾਂ ਦੀ 2017 ਦੀ ਗੱਲ ਕਰਾਂ ਉਦੋਂ ਬਹੁਤ ਵੱਡੇ ਵੱਡੇ ਵਾਅਦੇ ਹੋਏ ਸੀ ਕਿ ਨਸ਼ੇ ਦਾ ਲੱਖ ਤੋੜ ਕੇ ਛੱਡਾਂਗੇ ਲੱਗਦਾ ਹੈ ਕਿ ਪੰਜਾਬ ਦੇ ਵਿੱਚੋਂ ਨਸ਼ਾ ਜਿਹੜਾ ਖਤਮ ਹੋ ਗਿਆ ਇਹ ਸਾਡਾ ਅੱਜ ਪੰਜਾਬ ਦੇ ਹਾਲਾਤ ਕਿਉਂ ਨੇ ਇਹ ਗੰਦੇ ਲੀਡਰਾਂ ਕਰਕੇ ਕਿਉਂਕਿ ਅੱਜ ਤੱਕ ਪੰਜਾਬ ਦੇ ਲੀਡਰ ਕਦੇ ਪੰਜਾਬ ਦੇ ਸਕੇ ਹੋਏ ਨੇ ਪੰਜਾਬ ਨੂੰ ਇਹਨਾਂ ਨੇ ਨਿਹੰਗਾਂ ਦੇ ਬਾਟੇ ਵਾਂਗੂ ਤਾਂ ਪੰਜਾਬ ਨੂੰ ਇਹਨਾਂ ਨੇ ਮਾਂਚ ਕੇ ਰੱਖਤਾ ਦਸੋ 5-7 ਸਾਲ ਨੂੰ ਪੰਜਾਬ ਦੀ ਧਰਤੀ ਨੇ ਬੰਜਰ ਹੋ ਜਾਣਾ ਸਾਡੀ ਨੌਜਵਾਨੀ ਤੋਂ ਬੱਚੇ ਪੈਦਾ ਨਹੀਂ ਹੋ ਰਹੇ ਹੈਗੇ ਘਰਾਂ ਦੇ ਵਿੱਚ ਬਹਿਣ ਪੈ ਰਹੇ ਨੇ ਤੇ ਪੰਜਾਬ ਚ ਬਚਿਆ ਕੀ ਆ ਇਹਨਾਂ ਨੇ ਲੀਡਰਾਂ ਨੇ ਆਪਣੇ ਕੋਲ ਇੰਨੀ ਜਿਆਦਾ ਆਮਦਨ ਇਹਨਾਂ ਨੇ ਤਾਂ ਬਾਹਰ ਲਾ ਆਪਣੇ ਦੇਸ਼ਾਂ ਚ ਬੱਚੇ ਸੈੱਟ ਕੀਤੇ ਹੋਏ ਨੇ ਜਿਨ੍ਹਾਂ ਨੇ ਇੱਥੇ ਇੱਥੇ ਜਿਨ੍ਹਾਂ ਦੇ ਮਾੜੇ ਦਿਨ ਆਉਣੇ ਨੇ ਉਹ ਤਾਂ ਜਿਹੜੀ ਸਾਡੀ 80% ਮੱਧ ਵਰਗੀ ਪਰਿਵਾਰ ਨੇ ਉਹ ਤਾਂ ਉਹਨਾਂ ਨੂੰ ਸੋਚਣ ਦੀ ਲੋੜ ਆ ਜਿਹੜਾ ਕੋਈ ਵੀ ਇੱਥੇ ਫੀਮ ਭੁੱਕੀ ਖਾਊਗਾ ਉਹਦੇ ਡਾਕਟਰ ਦੀ ਪਰਚੀ ਨਾਲ ਸਰਕਾਰੀ ਕਾਰਡ ਵੰਡਗੇ ਉਹਦਾ ਕਾਰਡ ਬਣੂਗਾ ਫਿਰ ਉਹਨੂੰ ਮਹੀਆ ਹੋਇਆ ਕਰੂਗੀ ਇਦਾਂ ਥੋੜਾ ਜਿਵੇਂ ਸ਼ਰਾਬ ਦੇ ਠੇਕੇ ਇੱਥੇ ਖੁੱਲੇ ਹੋਏ ਨੇ ਵੀ ਹਰੇਕ ਹੀ ਜਿਵੇਂ ਪਉਆ ਹਰੇਕ ਜਵਾਕ ਵੀ ਖਰੀਦੀ ਜਾਂਦੇ ਨੇ ਬੜੇ ਵੀ ਖਰੀਦੀ ਜਾਂਦੇ ਨੇ ਸਤਿ ਸ਼੍ਰੀ ਅਕਾਲ ਪੰਜਾਬ ਦੇ ਉਹ ਮੁੱਦੇ ਤੇ ਗੱਲ ਕਰਾਂਗੇ ਕੁਝ ਕ ਸਰਕਾਰਾਂ ਕੁਝ ਕ ਪਾਰਟੀਆਂ ਦਾਵੇ ਕਰਕੇ ਵਾਅਦੇ ਕਰਕੇ ਕਿ ਪੰਜਾਬ ਦੇ ਵਿੱਚ ਅਸੀਂ ਨਸ਼ੇ ਦਾ ਲੱਕ ਤੋੜ ਕੇ ਛੱਡਾਂਗੇ ਉਹ ਸੱਤਾ ਦੇ ਵਿੱਚ ਆ ਜਾਂਦੀਆਂ ਨੇ ਪਰ ਉਹ ਮਸਲਾ ਨਸ਼ੇ ਦਾ ਟਸ ਤੋਂ ਮਸ ਨਹੀਂ ਹੁੰਦਾ ਸੋਸ਼ਲ ਮੀਡੀਆ ਤੇ ਇੱਕ ਸ਼ਖਸ਼ ਬਹੁਤ ਜ਼ਿਆਦਾ ਬੋਲਦੀ ਹੈ ਉਹ ਸ਼ਖਸ਼ੀਅਤ ਬਹੁਤ ਜ਼ਿਆਦਾ ਬੋਲਦੀ ਹੈ ਉਹ ਡਾਕਟਰ ਰਣਜੀਤ ਸਿੰਘ ਜਿਹੜੇ ਬਾ ਖੂਬੀ ਬੋਲਦੇ ਆ ਕਿ ਖਾਸ ਖਾਸ ਦੀ ਖੇਤੀ ਹੋਣੀ ਚਾਹੀਦੀ ਹੈ ਪੰਜਾਬ ਦੇ ਵਿੱਚ ਫੀਮ ਦੇ ਪੁੱਕੀ ਦੇ ਠੇਕੇ ਖੁੱਲਣੇ ਚਾਹੀਦੇ ਹੈ ਤੇ ਉਹ ਇਹ ਗੱਲ ਵੀ ਕਰਦੇ ਹੁੰਦੇ ਆ ਕਿ ਜੇਕਰ ਕੋਈ ਫੀਮ ਵੀ ਖਾਂਦਾ ਨਾ ਤਾਂ ਉਹਦੇ ਮੂੰਚੋਂ ਹਮੇਸ਼ਾ ਸਤਕਾਰ ਵਾਲੇ ਲਫ਼ਜ਼ ਭੈਣ ਜੀ ਭੈਣ ਦੀ ਕਰਕੇ ਨਿਕਲਦੇ ਆ ਤੇ ਕਦੇ ਵੀ ਉਹ ਔਰਤਾ ਪ੍ਰਤੀ ਗਲਤ ਸੋਚ ਨਹੀਂ ਰੱਖਦਾ ਕਹਿੰਦੇ ਜਿਹੜਾ ਵੀ ਬੰਦਾ ਫੀਮ ਜਾਂ ਭੁੱਕੀ ਖਾਂਦਾ ਹੈ ਅੱਜ ਉਹੀ ਸ਼ਖਸੀਅਤ ਮੇਰੇ ਨਾਲ ਮੌਜੂਦ ਹੈ ਡਾਕਟਰ ਰਣਜੀਤ ਸਿੰਘ ਜੀ ਜਿਨ੍ਹਾਂ ਨੇ ਅੱਜ ਸਾਨੂੰ ਸਮਾਂ ਦਿੱਤਾ ਤੇ ਤੁਹਾਡੇ ਸਵਾਲ ਨੇ ਜਿਹੜੇ ਉਹਨਾਂ ਦੇ ਨਾਲ ਸਾਂਝੇ ਕਰਾਂਗੇ ਤੇ ਉਹਨਾਂ ਤੋਂ ਜਵਾਬ ਲੈਣ ਦੀ ਵੀ ਕੋਸ਼ਿਸ਼ ਕਰਾਂਗੇ ਬਾਈ ਜੀ ਬਹੁਤ ਬਹੁਤ ਸਵਾਗਤ ਹੈ ਪਿਆਰ ਪਰਿਸ਼ਾਸੀ ਕਾਲ ਜੀ ਪਾਜੀ ਸਭ ਤੋਂ ਪਹਿਲਾ ਸਵਾਲ ਕਿ ਫੀਮ ਦੀ ਖੇਤੀ ਜੇਕਰ ਪੰਜਾਬ ਦੇ ਵਿੱਚ ਹੋਣ ਲੱਗੀ ਜਾਂ ਖਸ ਖਸ ਦੀ ਖੇਤੀ ਹੋਣ ਲੱਗੀ ਤਾਂ ਇਹ ਤਾਂ ਨਹੀਂ ਹੋਊਗਾ ਕਿ ਪੰਜਾਬ ਦੇ ਨੌਜਵਾਨ ਮੰਜੇ ਦੇ ਨਾਲ ਲੱਗ ਕੇ ਰਹਿ ਜਾਣਗੇ ਕਿ ਜਦੋਂ ਫੀਮ ਮਿਲੀ ਉਦੋਂ ਤੱਕ ਕੰਮ ਚੱਲ ਗਿਆ ਉਦੋਂ ਤਾਂ ਉਹ ਮੰਜੇ ਤੋਂ ਉੱਠ ਖੜੇ ਜਦੋਂ ਫੀਮ ਦੀ ਘਾਟ ਹੋਈ ਜਾਂ ਫੀਮ ਦੀ ਤੋੜ ਲੱਗੀ ਤਾਂ ਉਹਨਾਂ ਟਾਈਮ ਉਹ ਮੰਜੇ ਤੇ ਪਏ ਇਹ ਮਸਲਾ ਤਾਂ ਨਹੀਂ ਆਊਗਾ ਕਿਉਂਕਿ ਤੁਸੀਂ ਬਹੁਤ ਜ਼ਿਆਦਾ ਹਮਾਇਤ ਕਰਦੇ ਹੋ ਖਸ ਖਸ ਦੀ ਖੇਤੀ ਦੇਖੋ ਜੀ ਜਿਹੜਾ ਫੀਮ ਤੇ ਭੁੱਕੀ ਖਾਣ ਵਾਲਾ ਹੁੰਦਾ ਵਾ ਉਹ ਇੱਕ ਮਰੀਜ਼ ਹੁੰਦਾ ਵਾ ਫੇਮ ਭੁੱਕੀ ਖਾਣ ਵਾਲੇ ਇੱਕ ਮਰੀਜ਼ ਹੁੰਦਾ ਵਾ ਜੇਕਰ ਹੁਣ ਮਰੀਜ਼ ਨੂੰ ਇੱਕ ਗੋਲੀ ਨਹੀਂ ਮਿਲੂਗੀ ਤਾਂ ਮਾੜਾ ਮੋਟਾ ਤਾਂ ਤੰਗ ਹੋਊਗਾ ਹੁਣ ਤੁਹਾਨੂੰ ਸ਼ੂਗਰ ਵਾ ਜੇ ਸ਼ੂਗਰ ਦੀ ਤੁਹਾਨੂੰ ਗੋਲੀ ਨਹੀਂ ਮਿਲੂਗੀ ਤਾਂ ਤੁਸੀਂ ਤਾਂਗ ਹੋ ਹੀ ਗਏ ਹੋਏਂਗੇ ਇਹਦੇ ਕਰਕੇ ਜਿਹੜਾ ਫੇਮ ਤੇ ਭੁੱਕੀ ਖਾਂਦਾ ਵਾ ਜੇਕਰ ਉਹਨੂੰ ਨਹੀਂ ਮਿਲਦੀ ਹੈਗੀ ਤਾਂ ਮਾੜੀ ਮੋਟੀ ਤਾਂ ਤੋੜ ਲੱਗਦੀ ਆ ਜੇਕਰ ਕਿਸੇ ਨੂੰ ਰੋਟੀ ਨਹੀਂ ਮਿਲਦੀ ਹੈਗੀ ਤਾਂ ਉਹਨੂੰ ਮਾੜਾ ਮੋਟਾ ਤਾਂ ਢਿੱਡ ਚੋਦੇ ਖੋ ਪੈਂਦੀ ਉਹ ਪੈਂਦੀ ਆ ਕਹਿਣ ਦਾ ਮਤਲਬ ਕੀ ਹੈ ਵੀ ਸਾਡੀ ਨੌਜਵਾਨੀ ਮਾਰੂ ਨਸ਼ੇ ਹਨ ਜਿਹੜੀ ਸਿਵਿਆਂ ਦੇ ਰਾਹ ਪੈ ਰਹੀ ਆ ਸਾਡੀ ਜਵਾਨੀ ਜੋ ਮਾਰੂ ਨਸ਼ਾ ਨਾ ਖਸੀ ਤੇ ਨ ਮਰਦ ਹੋ ਰਹੀ ਆ ਜੋ ਸਾਡੀ ਨੌਜਵਾਨੀ ਸਾਡੀ ਨੌਜਵਾਨੀ ਨਸ਼ਾ ਛਟਾਊ ਕੇਂਦਰਾਂ ਦੇ ਵਿੱਚ ਉਹਨਾਂ ਦਾ ਸ਼ੋਸ਼ਣ ਹੋ ਰਿਹਾ ਉਹ ਬੰਦ ਹੋ ਜਾਊਗਾ ਜਿਵੇਂ ਅੱਜ ਪੰਜਾਬ ਨਸ਼ਿਆਂ ਦੀ ਤੇ ਮੌਤ ਦੀ ਮੰਡੀ ਬਣਿਆ ਹੋਇਆ ਵਾ ਸਾਡਾ ਪੰਜਾਬ ਬਸਦਾ ਗੁਰਾਂ ਦੇ ਨਾਂ ਤੇ ਹੋ ਰਹਿ ਜਾਊਗਾ ਤੇ ਜਿਵੇਂ ਲੁੱਟਾਂ ਖੋਹਾਂ ਹੁੰਦੀਆਂ ਨੇ ਜਿਵੇਂ ਇੱਥੇ ਕ੍ਰਾਈਮ ਹੁੰਦੇ ਨੇ ਇਹ ਬੰਦ ਹੋ ਜਾਣਗੇ ਅੱਛਾ ਭਾਈ ਜੀ ਤੁਸੀਂ ਗੱਲ ਕਰਦੇ ਹੋ ਕਿ ਪੰਜਾਬ ਦੇ ਵਿੱਚ ਖਾਸ ਖਸ ਦੀ ਖੇਤੀ ਹੋਣੀ ਚਾਹੀਦੀ ਹੈ ਕਿ ਸਾਡੀਆਂ ਨਸਲਾਂ ਬਚ ਜਾਣਗੀਆਂ ਤੁਹਾਨੂੰ ਨਹੀਂ ਲੱਗਦਾ ਕਿ ਨਸਲਾਂ ਵਿਗੜ ਜਾਣਗੀਆਂ ਉਹਦੇ ਨਾਲ ਵਿਗੜਨ ਦਾ ਕਾਰਨ ਇਹ ਹੋਊਗਾ ਕਿ ਪੰਜਾਬ ਦੇ ਵਿੱਚ ਜਦੋਂ ਉਹ ਖੇਤ ਲੱਗੇ ਹੋਣਗੇ ਆਮ ਖੇਤ ਲੱਗਣੇ ਹੋਣਗੇ ਫੀਮ ਦੇ ਤਾਂ ਉਹਨਾਂ 'ਚੋਂ ਸਾਡੇ ਪੰਜਾਬ ਦਾ ਜਿਹੜਾ 10 ਸਾਲਾਂ ਦਾ 12 ਸਾਲਾਂ ਦਾ ਬੱਚਾ 16 ਸਾਲਾਂ ਦਾ ਬੱਚਾ ਉਹ ਉਹਨੂੰ ਚੱਕ ਕੇ ਦੇਖੂਗਾ ਕਿ ਮੈਂ ਦੇਖਾਂ ਕਿਵੇਂ ਦਾ ਨਹੀਂ ਭਾਈ ਜੀ ਇਹ ਬਹੁਤ ਲੋਕਾਂ ਦੇ ਗਲਤਫਹਿਮੀ ਹੈ ਜਦੋਂ ਵੀ ਸਰਕਾਰ ਫੀਮ ਦੇ ਪਰਮਿਟ ਦਿੰਦੀ ਆ ਤਾਂ ਜਿਹੜਾ ਨਾਰਕੋ ਸੈੱਲ ਹੁੰਦਾ ਵਾ ਜਿੱਥੇ ਵੀ ਖੇਤ ਫੀਮ ਦੇ ਬਣੇ ਹੋਣਗੇ ਤਾਂ ਉੱਥੇ ਸਰਕਾਰ ਬਕਾਇਦਾ ਕੈਮਰੇ ਲਾਉਂਦੀ ਆ ਕੈਮਰੇ ਲਾਉਂਦੀ ਆ ਉਹਦੀ ਅੰਡਰ ਦੇ ਵਿੱਚ ਇਹ ਖੇਤੀ ਹੁੰਦੀ ਆ ਇਹ ਥੋੜਾ ਬੀ ਹਰੇਕ ਪਾਸੇ ਲੱਗੇ ਹੋਣਗੇ ਹਰੇਕ ਤੋੜ ਕੇ ਖਾ ਲਿਆ ਕਰੂਗਾ ਉਥੇ ਕੈਮਰੇ ਲਗਾਇਆ ਕਰਨਗੇ ਸਰਕਾਰ ਉਹਦੇ ਤੇ ਨਿਗਰਾਨੀ ਰੱਖਦੀ ਆ ਸਰਕਾਰ ਜਿੰਨੀ ਕਿਸਾਨ ਨੂੰ ਨਿਰਧਾਰਤ ਕਰਦੀ ਆ ਵੀ ਅਸੀਂ ਇੰਨੀ ਫੀਮ ਲੈਣੀ ਆ ਤੇ ਉਨੀ ਕਿਸਾਨ ਨੂੰ ਉਨੀ ਫੀਮ ਦੇਣੀ ਪੈਂਦੀ ਆ ਜੇ ਕਿਸਾਨ ਉਹ ਤੋਂ ਘੱਟ ਫੀਮ ਦੇਊਗਾ ਤਾਂ ਉਹਦੇ ਪਟੇ ਉਹਦਾ ਪਰਮਟਾ ਜਿਹੜਾ ਉਹ ਰੱਦ ਹੋ ਜਾਂਦਾ ਵਾ ਐਜਿਹੀ ਕੋਈ ਗੱਲ ਨਹੀਂ ਹੈਗੀ ਤੁਹਾਡੇ ਹਿਸਾਬ ਦੇ ਨਾਲ ਕਿ ਫੀਮ ਦੀ ਖੇਤੀ ਖਾਸ ਖਾਸ ਦੀ ਖੇਤੀ ਠੀਕ ਹੈ। ਮੇਰਾ ਅਗਲਾ ਸਵਾਲ ਕਿ ਜਿਵੇਂ ਮੈਂ ਪਹਿਲਾਂ ਗੱਲ ਆਖੀ ਕਿ ਪੰਜਾਬ ਦੇ ਵਿੱਚ ਚੋਣਾਂ ਦੇ ਦੌਰਾਨ ਬਹੁਤ ਵੱਡੇ ਵੱਡੇ ਪਿਛਲੀਆਂ ਚੋਣਾਂ ਦੀ 2017 ਦੀ ਗੱਲ ਕਰਾਂ। ਉਦੋਂ ਬਹੁਤ ਵੱਡੇ ਵੱਡੇ ਵਾਅਦੇ ਹੋਏ ਸੀ ਕਿ ਨਸ਼ੇ ਦਾ ਲੱਖ ਤੋੜ ਕੇ ਛੱਡਾਂਗੇ। ਲੱਗਦਾ ਹੈ ਕਿ ਪੰਜਾਬ ਦੇ ਵਿੱਚੋਂ ਨਸ਼ਾ ਜਿਹੜਾ ਖਤਮ ਹੋਇਆ। ਭਾਈ ਜੀ ਜਦੋਂ ਦਾ ਪੰਜਾਬ ਸੂਬਾ ਬਣਿਆ ਵਾ ਇਹ ਸਾਡਾ ਅੱਜ ਪੰਜਾਬ ਦੇ ਹਾਲਾਤ ਕਿਉਂ ਨੇ? ਇਹ ਗੰਦੇ ਲੀਡਰਾਂ ਕਰਕੇ ਕਿਉਂਕਿ ਅੱਜ ਤੱਕ ਪੰਜਾਬ ਦੇ ਲੀਡਰ ਕਦੇ ਪੰਜਾਬ ਦੇ ਸਕੇ ਹੋਏ ਨਹੀਂ। ਪੰਜਾਬ ਨੂੰ ਇਹਨਾਂ ਨੇ ਨਿਹੰਗਾਂ ਦੇ ਬਾਟੇ ਵਾਂਗੂ ਤਾਂ ਪੰਜਾਬ ਨੂੰ ਇਹਨਾਂ ਨੇ ਮਾਚ ਕੇ ਰੱਖਤਾ ਦੱਸੋ 5-7 ਸਾਲ ਨੂੰ ਪੰਜਾਬ ਦੀ ਧਰਤੀ ਨੇ ਬੰਜਰ ਹੋ ਜਾਣਾ ਸਾਡੀ ਨੌਜਵਾਨੀ ਤੋਂ ਬੱਚੇ ਪੈਦਾ ਨਹੀਂ ਹੋ ਰਹੇ ਹੈਗੇ ਘਰਾਂ ਦੇ ਵਿੱਚ ਬੈਣ ਪੈ ਰਹੇ ਨੇ ਤੇ ਪੰਜਾਬ 'ਚ ਬਚਿਆ ਕੀ ਆ ਤੁਸੀਂ ਦੇਖੋ ਭਾਰਤ ਦੇਸ਼ ਦੀ ਹਰੇਕ ਸਟੇਟ ਦਾ ਬੰਦਾ ਸਾਡੇ ਪੰਜਾਬ ਦੇ ਵਿੱਚ ਆਈ ਜਾਂਦਾ ਵਾ ਸਰੋਤ ਘਟੀ ਜਾਂਦੇ ਨੇ ਆਬਾਦੀ ਵਧਦੀ ਜਾਂਦੀ ਐ 20% ਸਾਡਾ ਪਾਣੀ ਰਹਿ ਗਿਆ ਆਉਣ ਵਾਲੀਆਂ ਪੀੜ੍ਹੀਆਂ ਪਾਣੀ ਨੂੰ ਤਰਸਣਗੀਆਂ ਪੰਜ ਸੱਤ ਸਾਲਾਂ 'ਚ ਧਰਤੀ ਬੰਜਰ ਹੋ ਜਾਣੀ ਆ ਇਹਨਾਂ ਨੇ ਲੀਡਰਾਂ ਨੇ ਕੋਲ ਇੰਨੀ ਜ਼ਿਆਦਾ ਆਮਦਨ ਇਹਨਾਂ ਨੇ ਤਾਂ ਬਾਹਰਲੇ ਆਪਣੇ ਦੇਸ਼ਾਂ 'ਚ ਬੱਚੇ ਸੈੱਟ ਕੀਤੇ ਹੋਏ ਨੇ ਜਿਨ੍ਹਾਂ ਨੇ ਇੱਥੇ ਇੱਥੇ ਜਿਨ੍ਹਾਂ ਦੇ ਮਾੜੇ ਦਿਨ ਆਉਣੇ ਨੇ ਉਹ ਤਾਂ ਜਿਹੜੀ ਸਾਡੀ 80% ਮੱਧ ਵਰਗੀ ਪਰਿਵਾਰ ਨੇ ਉਹ ਤਾਂ ਉਹਨਾਂ ਨੂੰ ਸੋਚਣ ਦੀ ਲੋੜ ਆ ਵੀ ਸਾਨੂੰ ਰਲ ਮਿਲ ਕੇ ਇਸ ਪੰਜਾਬ ਬਾਰੇ ਸੋਚਣਾ ਪੈਣਾ ਵਾ ਨਹੀਂ ਤਾਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਕਦੇ ਮਾਫ਼ਰੀ ਕਰਨਗੀਆਂ ਬਾਈ ਜੀ ਤੁਸੀਂ ਗੱਲ ਕਰਦੇ ਹੋ ਹਮੇਸ਼ਾ ਮੈਂ ਬਹੁਤ ਜ਼ਿਆਦਾ ਵੀਡੀਓ ਵੀ ਦੇਖਿਆ ਨੈਟ ਤੇ ਕਿ ਤੁਸੀਂ ਖਾਸ ਖਾਸ ਦੀ ਖੇਤੀ ਦੇ ਸਬੰਧ ਦੇ ਵਿੱਚ ਬਹੁਤ ਜ਼ਿਆਦਾ ਵੀਡੀਓ ਪਾਉਨੇ ਸਮਰਥਨ ਦਿੰਨੇ ਹੋ ਹਮੇਸ਼ਾ ਉਹ ਚੀਜ਼ ਦਾ ਬਹੁਤ ਸਾਰੇ ਲੀਡਰ ਵੀ ਦਿੰਦੇ ਨੇ ਕਿ ਪਹਿਲਾਂ ਤਾਂ ਇਹ ਦੱਸੋ ਕਿ ਜੇਕਰ ਪੰਜਾਬ ਦੇ ਵਿੱਚ ਖਾਸ ਖਾਸ ਦੀ ਖੇਤੀ ਹੋਣ ਲੱਗ ਗਈ ਤੁਹਾਡੇ ਕੋਲ ਕਿੰਨੇ ਕਿੱਲੇ ਨੇ ਕਿੰਨੀ ਜ਼ਮੀਨ ਹੈ ਜਿਹਦੇ ਵਿੱਚ ਇਹ ਖੇਤੀ ਕਰੋਗੇ ਦੇਖੋ ਬਾਈ ਜੀ ਨਾ ਤਾਂ ਮੈਂ ਇਹ ਚੀਜ਼ ਦੀ ਵਰਤੋਂ ਕਰਦਾ ਵਾਂ ਤੰਨਾ ਮੇਰੇ ਕੋਲ ਬੇਸਵਾ ਜ਼ਮੀਨ ਆ ਜਿਵੇਂ ਭੈੰਜੀ ਹੁਣਾਂ ਨੇ ਐਂਟਰੀ ਪਹਿਲੀ ਇੰਟਰਵਿਊ ਦੇ ਵਿੱਚ ਕਿਹਾ ਸੀਗਾ ਵੀ ਮੇਰੇ ਕੋ ਕੋਈ ਨਹੀਂ ਮੇਰੇ ਕੋ ਇੱਕ ਬੇਸਵਾ ਜ਼ਮੀਨ ਦਾ ਨਹੀਂ ਹੈਗਾ ਪਰ ਹੈ ਕੀ ਆ ਜਦੇ ਮੈਂ ਆਪਣੇ ਕਲੀਨਿਕ ਕੀਤੀ ਆ ਮੈਂ ਕਲੀਨਿਕ ਦੇ ਵਿੱਚ ਦੇਖਿਆ ਕਿਵੇਂ 15-15 ਸਾਲ ਦੇ 16-16 ਦੇ ਆ ਕੇ ਨੌਜਵਾਨ ਵਿਆਗਰਾਂ ਦੀਆਂ ਗੋਲੀਆਂ ਮੰਗਦੇ ਨੇ ਕਿਵੇਂ ਸਾਡੇ ਪੰਜਾਬ ਦੇ ਵਿੱਚ ਬੇਬੀ ਟਿਊਬ ਸੈਂਟਰ ਦਿਨੋ ਦਿਨ ਹੀ ਵੱਧ ਰਹੇ ਨੇ ਮੈਂ ਇਹ ਦੇਖਦਾ ਹੁਣ ਫਿਰ ਬਾਈ ਜੀ ਫਰਕ ਕੀ ਰਹੂਗਾ ਹੁਣ ਤਾਂ ਚਲੋ ਵਿਆਗਰਾਂ ਦੀਆਂ ਗੋਲੀਆਂ ਖਾ ਲੈਂਦੇ ਨੇ ਫਿਰ ਫੀਮ ਖਾ ਲੈ ਕਰਨਗੇ ਫੀਮਤਾ ਭਾਈ ਜੀ ਦੇਸੀ એનર્ਜੀ ਟਾਊਨ ਦਾ ਫੀਮ ਕਿਹੜਾ ਇਦਾਂ ਹੀ ਮਿਲਿਆ ਕਰੂਗੀ ਫੀਮ ਵੀ ਡਾਕਟਰ ਦੀ ਪਰਚੀ ਜਿਵੇਂ ਹੁਣ ਇੱਕ ਹਸਪਤਾਲਾਂ ਚ ਬੂਫਰਨ ਨੌਰਫਨ ਗੋਲੀ ਦੰਦੇ ਨੇ ਨਸ਼ਾ ਛਡਾਊ ਕੇ ਨਸ਼ਾ ਛਡਾਉਣ ਲਈ ਉਹ ਡਾਕਟਰ ਦੀ ਪਰਚੀ ਦੇ ਨਾਲ ਮਿਲਦੀ ਆ ਜਿਹੜਾ ਕੋਈ ਵੀ ਇੱਥੇ ਫੀਮ ਭੁੱਕੀ ਖਾਊਗਾ ਉਹਦੇ ਡਾਕਟਰ ਦੀ ਪਰਚੀ ਨਾਲ ਸਰਕਾਰੀ ਕਾਰਡ ਬਣਨਗੇ ਉਹਦਾ ਕਾਰਡ ਬਣੂਗਾ ਫਿਰ ਉਹਨੂੰ ਮਹਈਆ ਹੋਇਆ ਕਰੂਗੀ ਇਦਾਂ ਥੋੜਾ ਜਿਵੇਂ ਸ਼ਰਾਬ ਦੇ ਠੇਕੇ ਇੱਥੇ ਖੁੱਲੇ ਹੋਏ ਨੇ ਵੀ ਹਰੇਕ ਹੀ ਜਿਵੇਂ ਪੌਗਾ ਹਰੇਕ ਚਬਾਕ ਵੀ ਖਰੀਦੀ ਜਾਂਦੇ ਨੇ ਬੜੇ ਵੀ ਖਰੀਦੀ ਜਾਂਦੇ ਨੇ ਇਹ ਤਾਂ ਇੱਕ ਡਾਕਟਰ ਦੀ ਪਰਚੀ ਨਾਲ ਇਹ ਚੀਜ਼ ਮਹਈਆ ਹੋਇਆ ਕਰੂਗੀ ਲੱਗਦਾ ਕਿ ਪੰਜਾਬ ਦੀ ਨਮਰਦੀ ਜਿਹੜੀ ਪੰਜਾਬ ਨਮਰਦ ਹੋ ਰਿਹਾ ਉਹ ਫੀਮ ਦੀ ਖੇਤੀ ਆਉਣ ਦੇ ਨਾਲ ਖਸ ਖਸਤੀ ਖੇਤੀ ਹੋਣ ਦੇ ਨਾਲ ਪੰਜਾਬ ਦੇ ਜਿਹੜੇ ਬੱਚੇ ਨੇ ਪੰਜਾਬ ਦੀ ਜਵਾਨੀ ਹੈ ਜਿਹੜੀ ਉਹ ਸੰਭਲ ਜੂਗੀ ਦੇਖੋ ਭਾਈ ਜੀ ਬਦਲ ਬਦਲ ਨਮਾ ਮਿਲੂਗਾ ਬਦਲ ਨਮਾ ਮਿਲੂਗਾ ਮੰਨ ਲੋ ਵੀ ਹੁਣ ਤੁਹਾਨੂੰ ਰੋਟੀ ਪਚਦੀ ਨਹੀਂ ਹੈਗੀ ਜੇ ਰੋਟੀ ਨਹੀਂ ਪਚਦੀ ਹੈਗੀ ਤਾਂ ਚੌਲ ਖਾ ਲੋ ਕਹਿਣ ਦਾ ਮਤਲਬ ਵੀ ਜਿਹੜੇ ਅੱਜ ਚਿੱਟੇ ਨਾ ਮੁੰਡੇ ਚਿੱਟੀਆਂ ਜਿਹੜੀ ਨੌਜਵਾਨੀ ਤੋਂ ਚਿੱਟਾ ਪਚ ਨਹੀਂ ਰਿਹਾ ਹੈਗਾ ਪਰ ਉਹ ਨੌਜਵਾਨ ਹਰੇ ਕੋਈ ਕਹਿੰਦਾ ਵਾ ਵੀ ਮੈਂ ਅਨਜੋਏ ਕਰਨ ਲਈ ਆਪਣੇ ਸਰੀਰ ਨੂੰ ਠੋਮਣਾ ਦੇਣ ਲਈ ਮਾੜਾ ਮੋਟਾ ਕੋਈ ਨਸ਼ਾ ਕਰ ਤਾਂ ਕੁਦਰਤੀ ਕਰ ਲੂਗਾ ਤਾਂ ਤੁਸੀਂ ਮੈਨੂੰ ਇਹ ਦੱਸ ਦੋ ਵੀ ਅੱਜ ਤੱਕ ਭੁੱਕੀ ਖਾਣ ਵਾਲੇ ਨੇ ਕਿਸੇ ਦੀ ਧੀ ਪੈਣ ਨੂੰ ਛੇੜਿਆ ਵਾ ਕਿਸੇ ਦੇ ਆਣ ਕੇ ਤਰ੍ਹਾਂ ਦੇ ਵਿੱਚ ਬੱਚਿਆ ਵਾ ਕੋਈ ਲਲਕਾਰੇ ਮਾਰੇ ਨੇ ਕੋਈ ਡਾਂਸਰ ਦੀ ਹੱਤਿਆ ਕੀਤੀ ਆ ਕਦੇ ਆਪਣੇ ਮਾਪੇ ਦੀ ਚਿੱਟੀ ਦਾੜੀ ਪੱਟੀ ਆ ਕੋਈ ਲਲਕਾਰੇ ਮਾਰੇ ਨੇ ਭੀਮ ਭੁੱਕੀ ਖਾਣ ਵਾਲਾ ਤਾਂ ਬੰਦਾ ਗਊ ਦਾ ਜਾਇਆ ਆਪਣੇ ਪਰਿਵਾਰ ਨੂੰ ਪਾਲਣ ਵਾਲਾ ਸਤਨਾਮ ਸਤਨਾਵ ਬੈਗਰੂ ਬੈਗਰੂ ਕਰਨ ਵਾਲਾ ਚਾਹੇ ਤੁਸੀਂ ਡੋਟਿਆਂ ਦਾ ਪਹਿਲਾ ਕਾਰਡ ਲਾ ਲਓ ਫਿਰ ਵੀ ਬੰਦਾ ਭੈਣ ਜੀ ਭੈਣ ਜੀ ਕਰਦਾ ਤੁਸੀਂ ਡੋਟਿਆਂ ਦਾ ਦੂਜਾ ਕਾਰਡ ਲਾ ਲਓ ਫਿਰ ਵੀ ਬੰਦਾ ਫੁੱਪੜ ਜੀ ਫੁੱਪੜ ਜੀ ਕਰਦਾ ਤੀਸਰਾ ਕਾਰਡ ਲਾ ਲਓ ਫਿਰ ਵੀ ਬੰਦਾ ਕਾਲਪੁਰਖ ਦੀ ਰਾਜਾ ਦੇ ਵਿੱਚ ਰਹਿੰਦਾ ਜੇ ਚੌਥਾ ਕਾਰਡ ਲਾ ਲਓ ਤਾਂ ਕਈ ਗਰੀ ਤਾਂ ਬੰਦਾ ਆਪਣੀ ਘਰ ਵਾਲੀ ਨੂੰ ਵੀ ਭੈਣ ਜੀ ਕਹਿਣ ਲੱਗ ਜਾਂਦਾ ਕਹਿਣ ਦਾ ਮਤਲਬ ਕੀ ਆ ਬਾਈ ਜੀ ਕਹਿਣ ਦਾ ਮਤਲਬ ਕੀ ਆ ਵੀ ਇੱਕ ਸਾਉ ਨਸ਼ਾ ਦਿਆਲੂ ਨਸ਼ਾ ਵਾ ਜਿਹਦੇ ਵਿੱਚ ਖਾ ਕੇ ਦੂਜਿਆਂ ਦੇ ਪ੍ਰਤੀ ਇੱਜ਼ਤ ਜਾਗਦੀ ਆ ਹੀਣ ਭਾਵਨਾ ਨਹੀਂ ਜਾਗਦੀ ਸਾਡੇ ਬਜ਼ੁਰਗਾਂ ਦੀ ਗੱਲ ਕਰ ਲਈਏ ਜਾਂ ਜਿਹੜੀ ਅੱਜ ਸਾਡੀ ਸਾਡੇ ਬਜ਼ੁਰਗ ਹਨ ਜਾਂ ਅਸੀਂ ਸਾਡੇ ਚਾਚੇ ਤਾਏ ਕਹ ਲੀਏ ਜਿਨ੍ਹਾਂ ਦੀ ਉਮਰ 60-70 ਸਾਲ ਦੀ ਹੋਊਗੀ ਤਾਂ ਉਹਨਾਂ ਦੇ ਦੌਰ ਦੀ ਗੱਲ ਕਰ ਲਈਏ ਤਾਂ ਉਹ ਫਿਊੀ ਭੁੱਕੀ ਆਮ ਸੀ ਉਦੋਂ ਵੀ ਚਲਦੀ ਸੀ ਟਰੱਕ ਡਰਾਈਵਰ ਵੀ ਸਾਡੇ ਵੀਰ ਖਾਂਦੇ ਆ ਕੀ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਕੰਮ ਜ਼ਿਆਦਾ ਹੋਣ ਲੱਗ ਜੂਗਾ ਜਦੋਂ ਜਿਹੜੇ ਦੇਸੀ ਨਸ਼ੇ ਨੇ ਜਿਵੇਂ ਤੁਸੀਂ ਫੀਮ ਜਾਂ ਭੁੱਕੀ ਦੀ ਗੱਲ ਕਰਦੇ ਹੋ ਕਿ ਪੰਜਾਬ ਦੇ ਨੌਜਵਾਨ ਮਿਹਨਤ ਕਸ਼ ਹੋ ਜਾਣਗੇ ਭਾਈ ਜੀ ਇਹਦਾ ਇੱਕ ਤਾਂ ਜਿਹੜੇ 70% ਐਕਸੀਡੈਂਟ ਸ਼ਰਾਬ ਦੇ ਨਾਲ ਹੁੰਦੇ ਨੇ 70% ਐਕਸਟਰੀ ਨਾਲ ਸ਼ਰਾਬ ਬਣਾਉਂਦੇ ਨੇ ਇਹਦੇ ਨਾਲ ਤਾਂ ਚਾਹੇ ਫੀਮ ਭੁੱਕੀ ਅਤੇ ਖੁੱਲੀ ਹੋ ਵੀ ਗਈ ਤਾਂ ਇਹਦਾ ਕੋਈ ਨੁਕਸਾਨ ਨਹੀਂ ਆਏਗਾ ਵੱਧ ਤੋਂ ਵੱਧ ਜੇਕਰ ਬੰਦਾ ਮੰਨ ਲਓ ਕੋਈ ਜ਼ਿਆਦਾ ਇੱਕ ਦੋ ਕਾਰਡ ਦੀ ਜਗ੍ਹਾ ਉਹਨੇ ਤਿੰਨ ਕਾਰਡ ਲਾ ਲੇ ਵੱਧ ਤੋਂ ਵੱਧ ਉਹਨੂੰ ਕੀ ਉਲਟੀ ਆਜੂਗੀ ਉਲਟੀ ਆਜੂਗੀ ਤਾਂ ਬੰਦਾ ਨਾਰਮਲ ਇਹਦਾ ਕੋਈ ਫਰਕ ਨਹੀਂ ਪੈਣਾ ਹੈਗਾ ਸਮਾਂ ਤੇ ਵੀ ਭੁੱਕੀ ਇੱਥੇ ਲਾਗੂ ਹੋ ਗਈ ਤਾਂ ਪੰਜਾਬੀਆਂ ਦੇ ਘਰੇ ਪੰਜਾਬੀਆਂ ਦੇ ਜਮ ਜਵਾਕ ਜੰਮਦੇ ਰਹਿ ਜਾਣਗੇ ਸਾਡਾ ਪੰਜਾਬ ਜਿਵੇਂ ਪਹਿਲਾਂ ਬਸਦਾ ਗੁਰਾਂ ਦੇ ਨਾਂ ਹੁੰਦਾ ਸੀ ਸਾਡਾ ਪੰਜਾਬ ਉਦਾਂ ਹੀ ਬਸਦਾ ਗੁਰਾਂ ਦੇ ਨਾਂ ਹੋ ਜੂਗਾ ਹੁਣ ਤੁਸੀਂ ਹਰਿਆਣਾ ਤੇ ਐਮਪੀ ਤੇ ਰਾਜਸਥਾਨ ਦੇ ਵਿੱਚ ਦੇਖ ਲਓ ਜਦ ਉੱਥੇ ਅਫੀਮ ਤੇ ਭੁੱਕੀ ਦੀ ਫਸਲ ਪੱਕਦੀ ਆ ਤਾਂ ਉੱਥੇ ਦੇ ਕਿਸਾਨ ਪਹਿਲਾਂ ਦੁਰਗਾ ਮਾਤਾ ਨੂੰ ਤੇ ਕ੍ਰਿਸ਼ਨ ਭਗਵਾਨ ਨੂੰ ਭੋਗ ਚੜਾਉਂਦੇ ਨੇ ਜਦ ਇੱਕ ਕ੍ਰਿਸ਼ਨ ਭਗਵਾਨ ਭਗਵਾਨ ਤਾਂ ਇਹ ਚੀਜ਼ ਨੂੰ ਛੱਕ ਸਕਦਾ ਵਾ ਤੇ ਜਿਹੜੇ ਉਹਦੇ ਭਗਤ ਨੇ ਉਹ ਮਾਰੂ ਨਛਾ ਮੈਂ ਤਾਂ ਬਾਈ ਜੀ ਸ਼ਰਾਬ ਵੀ ਚੜਦੀ ਮੰਦਰਾ ਉਹ ਤਾਂ ਚੜਦੀ ਹੈ ਪਰ ਭਾਈ ਜੀ ਇੱਕ ਦੇਸੀ એનર્ਜੀ ਟੋਨਿਕ ਜਿਹੜੀ ਧਰਤੀ ਬਾਦੀ ਹਿੱਕ ਦੇ ਵਿੱਚੋਂ ਪੈਦਾ ਹੁੰਦੀ ਹੈ ਹੁਣ दारू ਪੀ ਕੇ ਕੋਈ ਡਰਾਈਵਰ ਆ ਬੱਸ ਦਾ ਡਰਾਈਵਰ दारू ਪੀ ਕੇ ਮੂਰੇ ਬੈਠਾ ਹੋਵੇ ਕਿਸੇ ਸਵਾਰੀ ਨੂੰ ਪਤਾ ਲੱਗ ਜਵੇ ਤਾਂ ਜਦੇ ਸਵਾਰੀਆਂ ਉਹਦੇ ਨਾਲ ਲੜ ਲੱਗ ਜਾਂਦੀਆਂ ਨੇ ਜਾਂ ਥੱਲੇ ਉਤਰ ਜਾਣੀਆਂ ਵੀ ਇਹਦੀ ਸ਼ਰਾਬ ਪੀਤੀ ਹੋਈ ਆ ਚਾਹੇ ਉਹ ਡਰਾਈਵਰ ਦੇ ਚਾਰ ਕਾਰਡ ਡੋਟਿਆਂ ਦੇ ਖਾਦੇ ਹੋਣ ਮਜਾ ਲ ਆ ਵੀ ਜਿਹੜੀ ਬੱਸ ਸਾ ਕਿਤੇ ਮਾੜੀ ਵੀ ਇੱਧਰ ਉੱਧਰ ਨੂੰ ਹੋ ਜਵੇ ਤੇ ਭਾਈ ਜੀ ਹੁਣ ਸਰਕਾਰਾਂ ਬਦਲਣ ਵਾਲੀਆਂ ਨੇ ਚੋਣਾਂ ਦਾ ਸਮਾਂ ਨੇੜੇ ਆ। ਸਰਕਾਰ ਕੋਲੇ ਕੀ ਮੰਗ ਰੱਖਣੀ ਚਾਹੋਂਗੇ ਜੇਕਰ ਕੋਈ ਸਰਕਾਰ ਦਾ ਉਮੈਂਦਾ ਵੀ ਤੁਹਾਡੀ ਇਹ ਇੰਟਰਵਿਊ ਦੇਖਦਾ ਹੈ ਕੀ ਕਹਿਣਾ ਚਾਹੋਂਗੇ ਉਹਨਾਂ ਨੂੰ ਮੈਂ ਚਰਨਜੀਤ ਸਿੰਘ ਨੀ ਸਾਹਿਬ ਨੂੰ ਇਹੀ ਗੱਲਬਾਤ ਕਰਨੀ ਵੀ ਚੰਨੀ ਸਾਹਿਬ ਸਾਡੇ ਕਰਕੇ ਤੁਸੀਂ ਮੁੱਖ ਮੰਤਰੀ ਬਣੇ ਹੋ ਸਾਡੇ ਬੰਦਿਆਂ ਦੀਆਂ ਦੁਆਵਾਂ ਕਰਕੇ ਵੀ ਜਿਹੜਾ ਫੀਮ ਭੁੱਖੀ ਖਾਣ ਵਾਲਾ ਹੁੰਦਾ ਵਾ ਗਊ ਦਾ ਜਾਇਆ ਹੁੰਦਾ ਕਾਲਪੁਰਖ ਪਰਮਾਤਮਾ ਦੀ ਰਜਾ ਦੇ ਵਿੱਚ ਰਹਿਣਾ ਹੁੰਦਾ ਵਾ ਜਦ ਅਸੀਂ ਤੁਹਾਡੇ ਕੋਲ 3 ਸਾਲ ਪਹਿਲਾਂ ਮੰਗ ਪੱਤਰ ਦੇਣ ਆਏ ਸੀਗੇ ਤਾਂ ਸਾਡੇ ਬੰਦਿਆਂ ਨੇ ਦਿਲੋਂ ਕਿਹਾ ਸੀਗਾ ਕਿਉਂਕਿ ਜਿਹੜਾ ਫੇਮ ਭੁੱਕੀ ਖਾਂਦਾ ਵਾ 35 ਸਾਲ ਤੋਂ ਇੱਥੇ ਉਹ ਬੰਦੇ ਅਪਰਾਧੀਆਂ ਦੀ ਜ਼ਿੰਦਗੀ ਬਤੀਤ ਕਰ ਰਹੇ ਨੇ ਮਾਨਸਿਕ ਤਣਾਅ ਵਿੱਚੋਂ ਨਗ ਰਹੇ ਨੇ ਤੇ ਲੱਖਾਂ ਰੁਪਇਆ ਸਾਲ ਦਾ ਬਰਬਾਦ ਕਰ ਰਹੇ ਨੇ ਤੇ ਤੁਸੀਂ ਦੇਖੋ ਜੇਕਰ ਚੰਨੀ ਸਾਹਿਬ ਜੇ ਤੁਸੀਂ ਇਹ 35 ਸਾਲਾਂ ਦਾ ਇਹਨਾਂ ਦਾ ਸਰਾਬ ਕੱਟਤਾ ਤਾਂ ਚਾਹੇ ਕੋਈ ਅਕਾਲੀ ਆ ਚਾਹੇ ਕੋਈ ਆਮ ਆਦਮੀ ਪਾਰਟੀ ਆ ਚਾਹੇ ਕੋਈ ਬੀਐਸਪੀ ਆ ਚਾਹੇ ਕਾਮਰੇਡ ਆ ਜੇ ਇਹ ਸਾਰੇ ਫੀਮ ਭੁੱਕੀ ਖਾਂਦੇ ਨੇ ਮੈਂ ਤਾਂ ਕਹਿਣਾ ਇੱਥੇ ਇੱਥੇ ਸਵਾਲ ਹੈ ਇੱਥੇ ਸਵਾਲ ਕਿ ਪੰਜਾਬ ਦੇ ਬਹੁਤ ਸਾਰੇ ਲੀਡਰ ਨੇ ਉਹਨਾਂ ਦੇ ਨਾਮ ਨਾਲ ਵੀ ਉਹ ਫੀਮ ਜੋੜ ਕੇ ਦੇਖੀ ਜਾਂਦੀ ਹੈ ਕਿ ਇਹ ਤਾਂ ਫੀਮ ਦਾ ਤੜਕੇ ਗੋਲਾ ਛੱਕਦਾ ਜੀ ਉਹ ਆਪ ਖਾਂਦੇ ਫਿਰ ਇਹ ਚੀਜ਼ ਦਾ ਸਮਰਥਨ ਕਿਉਂ ਨਹੀਂ ਕਰਦੇ ਤੁਸੀਂ ਇਕੱਲੇ ਕਿਉਂ ਬੋਲਦੇ ਹੋ ਹੁਣ ਸੁਖਵੀਰ ਬਾਦਲ ਸਾਹਿਬ ਨੇ ਸੁਖਵੀਰ ਜਬਲ ਬਾਦਲ ਸਾਹਿਬ 5 5 ਸਾਲ ਉਪ ਮੁੱਖ ਮੰਤਰੀ ਰਹੇ ਨੇ ਹੁਣ ਤੁਸੀਂ ਮੈਨੂੰ ਕਹਿੰਦੇ ਹੋ ਵੀ ਫੀਮ ਖਾਣਨਾ ਇਦਾਂ ਹੋ ਜੂ ਫੀਮ ਖਾਣਨਾ ਇਦਾਂ ਹੋ ਤੁਸੀਂ ਕਦੇ ਸੁਖਵੀਰ ਬਾਦਲ ਨੂੰ ਦੇਖਿਆ ਵਾ ਵੀ ਰੈਲੀਆਂ ਦੇ ਵਿੱਚ ਕਦੇ ਉਹਨੇ ਬੜਕ ਮਾਰਤੀ ਹੋਵੇ ਤਰੇਲੀਆ ਦੇ ਵਿੱਚ ਦੇਖਿਆ ਵਾ ਕਿ ਨੇ ਕਿਸੇ ਨੇ ਆਪਣੀ ਲੇਡੀ ਵਰਕਰ ਨੂੰ ਜਾ ਕੇ ਜਫੀ ਪਾਲੀ ਹੋਵੇ ਕਦੇ ਉਹਨਾਂ ਨੂੰ ਦੇਖਿਆ ਵਾ ਵੀ ਉਹਦੇ ਜਿਹੜੇ ਪੁਲਿਸ ਮੁਲਾਜ਼ਮ ਦੇ ਨਾਲ ਦੇ ਗਨਮੈਨ ਹੁੰਦੇ ਨੇ ਉਹ ਵੀ ਫੀਮ ਤੇ ਭੁੱਕੀ ਖਾਂਦੇ ਰਹਿੰਦੇ ਨੇ ਉਹਨਾਂ ਨੇ AK47 ਦੇ ਫੇਰ ਕਰਤੇ ਹੁਣ ਬਾਈ ਜੀ ਕਦੇ ਵੀ ਫੀਮ ਭੁੱਕੀ ਖਾਣ ਵਾਲਾ ਕਦੇ ਵੀ ਕਦੇ ਉਹਦਾ ਦਿਮਾਗ ਗਲਤ ਨਹੀਂ ਹੁੰਦਾ ਹੈਗਾ ਗਲਤ ਸੋਚ ਨਹੀਂ ਰੱਖਦਾ ਹੈਗਾ ਤੇ ਹੁਣ ਤੁਸੀਂ ਦੇਖੋ ਸਦੀਕ ਸਦੀਕ ਫੀਮ ਜਾਦੇ ਖਾ ਲੈਂਦਾ ਵਾ ਵੱਧ ਤੋਂ ਵੱਧ ਸੰਸਦ ਦੇ ਵਿੱਚ ਜਾ ਕੇ ਸੌਂ ਹੀ ਜਾਂਦਾ ਵਾ ਹੁਣ ਰਾਜਾ ਬਿੰਗ ਵੀ ਇਹ ਚੀਜ਼ ਨੂੰ ਪਸੰਦ ਕਰਦਾ ਵਾ ਹੁਣ ਸਖਪਾਲ ਭੁੱਲਰ ਸੀਗਾ ਖੇਮ ਕਰਨ ਤੋਂ ਵਿਧਾਇਕ ਰਾਜਾ ਕੈਪਟਨ ਦੀ ਮੌਜੂਦਗੀ ਦੇ ਵਿੱਚ ਜਦੋਂ ਇਹਨਾਂ ਦੀ ਸਰਕਾਰ ਬਣਨੀ ਸੀ ਲੋਕਾਂ ਤੋਂ ਹੱਥ ਖੜੇ ਕਰਵਾਉਂਦੇ ਕਰਵਾਉਂਦੇ ਹੁੰਦੇ ਸੀ ਹਾਂਜੀ ਇੱਥੇ ਖਸਗਾਦੀ ਖੇਤੀ ਹੋਣੀ ਚਾਹੀਦੀ ਹੈ ਜਿਹੜੇ ਚਾਹੁੰਦੇ ਨੇ ਹੱਥ ਖੜੇ ਕਰੋ ਤਾਂ ਸਾਰਾ ਪੰਡਾਲ ਹੀ ਹੱਥ ਖੜਾ ਕਰ ਦਿੰਦਾ ਹੁੰਦਾ ਸੀਗਾ ਉਹ ਤਾਂ ਵਿਧਾਇਕੇ ਵੀ ਕਹਿੰਦਾ ਹੁੰਦਾ ਸੀ ਸਖਪਾਲ ਭੁੱਲਰ ਵੀ ਕਿਸਾਨਾਂ ਨੂੰ ਸਾਡੀ ਸਰਕਾਰ ਆਊਗੀ 7 ਲੀਟਰ ਤੱਕ ਸ਼ਰਾਬ ਕੱਢਣ ਦੀ ਵੀ ਇਜਾਜ਼ਤ ਦੇਵਾਂਗੇ ਤੇ ਬਾਅਦ ਦੇ ਵਿੱਚ ਸਾਰਾ ਕੁਝ ਭੁੱਲ ਗਏ ਕਿਉਂਕਿ ਭਾਈ ਜੀ ਇੱਕ ਇੰਨੀ ਕਿ ਚਿੱਟੇ ਦੀ ਪੁੜੀ ਕਰੋੜ ਕਰੋੜ ਰੁਪਏ ਦੀ ਵਿਕਦੀ ਆ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਜਿਹੜੇ ਸਾਡੇ ਲੀਡਰ ਨੇ ਉਹ ਕੇਂਦਰ ਦੇ ਹੱਥ ਟੋਕੇ ਨੇ ਵੀ ਜਿੰਨਾ ਮਰਜ਼ੀ ਪੰਜਾਬ ਨੂੰ ਲੁੱਟ ਲੋ ਜਿੰਨਾ ਮਰਜ਼ੀ ਪੰਜਾਬ ਨੂੰ ਕੁੱਟ ਲੋ ਪਰ ਤੁਸੀਂ ਪੰਜਾਬੀਅਤ ਤੇ ਪੰਜਾਬੀਅਤ ਦੀ ਗੱਲ ਨਹੀਂ ਕਰਨੀ ਪੈਸਾ ਬਣਾਓ ਤੇ ਆਪਣੇ ਬੱਚਿਆਂ ਨੂੰ ਬਾਹਰ ਭੇਜੋ ਐਸ਼ ਕਰੋ ਤੁਸੀਂ ਪੰਜਾਬੀਆਂ ਤੋਂ ਕੀ ਲੈਣਾ ਵਾ ਤਾਂ ਹੀ ਕਰਕੇ ਅਸੀਂ ਚੰਨੀ ਸਾਹਿਬ ਨੂੰ ਕਹਿੰਨੇ ਆ ਵੀ ਚੰਨੀ ਸਾਹਿਬ ਤੁਹਾਡੇ ਤੇ ਸਾਰੇ ਸਵਾਲ ਖੜੇ ਕਰਦੇ ਸੀਗੇ ਵੀ ਇਹ ਦਲਤ ਛੋਟੀ ਜਾਤ ਦਾ ਮੁੱਖ ਮੰਤਰੀ ਬਣਾਤਾ ਜਿਹੜੇ ਹੁਣ ਤੱਕ ਵੱਡੀਆਂ ਜਾਤਾਂ ਵਾਲੇ ਮੁੱਖ ਮੰਤਰੀ ਕੋਸ਼ਿਸ਼ ਕਰਕੇ ਨਹੀਂ ਦਿਖਾ ਸਕੇ ਹੈਗੇ ਤਾਂ ਤੁਸੀਂ ਕਰਕੇ ਦਿਖਾ ਸਕਦੇ ਹੋ ਬਾਤੇ ਬੁੱਲਿਆਂ ਦੇ ਵਿੱਚ ਨਾਮ ਲਿਖਿਆ ਜਾਊਗਾ ਤੇ ਆਉਣ ਵਾਲੀਆਂ ਪੀੜ੍ਹੀਆਂ ਸੋਡੀਆਂ ਅੰਧਾਰਨਾ ਦਿਆ ਕਰਨਗੀਆਂ ਜਿਵੇਂ ਚੰਨੀ ਸਾਹਿਬ ਤੁਸੀਂ ਕਹਿੰਦੇ ਹੋ ਨਿ ਮੈਂ ਗਰੀਬ ਦਾ ਪੁੱਤ ਆ ਮੇਰੀ ਮਾਂ ਟੋਬੇ ਦੇ ਵਿੱਚੋਂ ਮਿੱਟੀ ਗਾਰਾ ਕੱਢ ਕੇ ਲੈ ਕੇ ਆਉਂਦੀ ਹੁੰਦੀ ਸੀਗੀ ਤੇ ਗਾਰਾ ਕੱਢ ਕੇ ਉਹਦੇ ਵਿੱਚ ਤੂੜੀ ਤੇ ਮਿਲਾ ਕੇ થી ਮਕਾਨ ਨੂੰ ਲਿਪਟਦੇ ਹੁੰਦੇ ਸੀਗੇ ਤੇ ਚੰਨੀ ਸਾਹਿਬ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਐਸਸੀ ਤੇ ਬੀਸੀ ਵਰਗਾ ਜਿਹੜਾ ਅਸੀ ਤੇ ਪੀਸੀ ਵਰਗਾ ਉਹ ਗੋਲੀਆਂ ਖਾਂਦਾ ਦੋ ਨੰਬਰ ਦੀ दारू ਪੀਂਦਾ ਚਿੱਟਾ ਸਭ ਤੋਂ ਜ਼ਿਆਦਾ ਪੀਂਦਾ ਵਾ ਜਿਨ੍ਹਾਂ ਦੇ ਦੀਦੇ ਕਰਕੇ ਤੁਸੀਂ ਅੱਜ ਉਹ ਮੁੱਖ ਮੰਤਰੀ ਬਣੇ ਹੋ ਉਹਨਾਂ ਦੇ ਦਿਨ ਫੇਰ ਜਾਣਗੇ ਉਹਨਾਂ ਦੇ ਮਾ ਬਿਵਤੀ ਜ਼ਿੰਦਗੀ ਨਰਕ ਭਰੀ ਜ਼ਿੰਦਗੀ ਤੋਂ ਨਿਕਲ ਜੂਗੀ ਕਿਉਂਕਿ ਬਹੁਤ ਜ਼ਿਆਦਾ ਅੱਜ ਕੱਲ ਨਜਪੈਰ ਨਸੇ ਨੇ ਬਸਾਰੇ ਹੋਏ ਨੇ ਕਿਉਂਕਿ ਚੰਨੀ ਸਾਹਿਬ ਅਕਾਲ ਪੁਰਖ ਪਰਮਾਤਮਾ ਨੇ ਪਤਾ ਨਹੀਂ ਇਹੀ ਸੋਚਿਆ ਵੀ ਅਸੀਂ ਵੀ ਚੰਨੀ ਸਾਹਿਬ ਤੇ ਕਿਰਪਾ ਕਰੀਏ ਕੀ ਪਤਾ ਚੰਨੀ ਜਿਹੜਾ ਹੁਣ ਤੱਕ ਪੰਜਾਬ ਦੇ ਮੁੱਖ ਮੰਤਰੀ ਨਹੀਂ ਕਰ ਸਕੇ ਪੰਜਾਬ ਦਾ ਇਹ ਚਾਰ ਮਹੀਨੇ ਦੇ ਵਿੱਚ ਇਹ ਚੰਨੀ ਕੰਮ ਕਰਕੇ ਦਿਖਾ ਦੇਵੇ ਜੇਕਰ ਚੰਨੀ ਸਾਹਿਬ ਤੁਸੀਂ ਇਹ ਕੰਮ ਕਰਕੇ ਦਿਖਾਤਾ ਤਾਂ 2022 ਦੇ ਵਿੱਚ ਤੁਹਾਨੂੰ ਪੰਜਾਬ ਦੇ 12700 ਪਿੰਡਾਂ ਤੇ ਸ਼ਹਿਰਾਂ ਦੇ ਵਿੱਚ ਬੂਥ ਲਾਉਣ ਦੀ ਲੋੜ ਨਹੀਂ ਹੈਗੀ ਕਿਉਂਕਿ ਮੈਨੂੰ ਇੱਕ ਵੀ ਪਿੰਡ 12700 ਅਧਕਾ ਦਿਓ ਜਿੱਥੇ ਵੀ ਹਰੇਕ ਪਿੰਡ ਦੇ ਵਿੱਚ ਕੋਈ 100 ਬੰਦਾ ਡੋਟੇ ਕੰਦਾ ਕੋਈ 200 ਖਾਂਦਾ ਕੋਈ 300 ਕੰਦਾ ਮੈਂ ਕਹਿੰਦਾ ਜਦ ਸਾਰੇ ਐਲਾਨ ਕਰਤਾ ਚਰਨਜੀਤ ਸਿੰਘ ਚੰਨੀ ਨੇ ਵੀ ਇਹਨਾਂ ਦੇ ਸਾਰਿਆਂ ਦੇ ਡਾਕਟਰ ਦੀ ਪਰਚੀ ਨਾਲ ਡੋਟਿਆਂ ਦੇ ਸਰਕਾਰੀ ਕਾਰਡ ਵੰਨ ਗਏ ਤਾਂ ਦੇਖਿਓ ਸੋ ਪਿੰਡਾਂ ਦੇ ਵਿੱਚ ਕਿਵੇਂ ਡੀ.ਜੇ ਲੱਗਦੇ ਨੇ ਕਿਵੇਂ ਲੋਕ ਅਖੰਡ ਪਾਠ ਤੇ ਪਾਠ ਰਖਾ ਕੇ ਚਰਨਜੀਤ ਸਿੰਘ ਚੰਨੀ ਦਾ ਸ਼ੁਕਰਾਨਾ ਅਦਾ ਕਰਦੇ ਨੇ ਤੇ ਸਾਰੇ ਪਾਸੇ ਚੰਨੀ ਚੰਨੀ ਹੋਊਗੀ ਤੇ ਜਿਹੜੇ ਲੋਕ ਕਹਿੰਦੇ ਸੀਗੇ ਵੀ ਆਹ ਬੰਦੇ ਛੋਟੀ ਜਿਹਾ ਵਾਲੇ ਚੰਨੀ ਨੂੰ ਮੁੱਖ ਮੰਤਰੀ ਬਣਾਤਾ ਉਹ ਕਾਲਪੁਰਖ ਪਰਮਾਤਮਾ ਕੋਲ ਗੁਰਦੁਆਰਿਆਂ ਜਾ ਕੇ ਬੇਨਤੀਆਂ ਕਰਨਗੇ ਵੀ ਪਰਮਾਤਮਾ 2022 ਦੇ ਵਿੱਚ ਵੀ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾ ਬਹੁਤ-ਬਹੁਤ ਧੰਨਵਾਦ ਤੁਸੀਂ ਸਮਾਂ ਦਿੱਤਾ ਬਹੁਤ ਆਪਣੇ ਵਿਚਾਰ ਰੱਖੇ ਬਹੁਤ-ਬਹੁਤ ਧੰਨਵਾਦ ਜੀ ਆਪ ਜੀ ਦਾ ਵੀ ਬਹੁਤ ਧੰਨਵਾਦ ਜੀ ਸੋ ਇਹ ਸਾਡੇ ਨਾਲ ਡਾਕਟਰ ਰਣਜੀਤ ਸਿੰਘ ਜੀ ਜਿਨ੍ਹਾਂ ਨੂੰ ਤੁਸੀਂ ਸੋਸ਼ਲ ਮੀਡੀਆ ਤੇ ਅਕਸਰ ਦੇਖਦੇ ਹੋ ਖਸਖਸ ਦੀ ਖੇਤੀ ਦੀ ਹਮਾਇਤ ਕਰਦੇ ਆ ਜੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰਦੇ ਹੋ ਨਹੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਤਾਂ ਕਿ ਇਹਨਾਂ ਨੂੰ ਵੀ ਪਤਾ ਲੱਗ ਸਕੇ ਕਿ ਪੰਜਾਬ ਦੇ ਲੋਕ ਕਿੰਨਾ ਕਿਹ ਚੀਜ਼ ਦਾ ਸਮਰਥਨ ਕਰਦੇ ਆ ਕਿੰਨਾ ਲੋਕ ਇਸ ਚੀਜ਼ ਦਾ ਵਿਰੋਧ ਕਰਦੇ ਆ ਬਹੁਤ-ਬਹੁਤ ਧੰਨਵਾਦ